ਟੌਕੈਨ ਇੱਕ ਬੜਾ ਘੱਟ ਨਜ਼ਰ ਆਉਣ ਵਾਲਾ ਪੰਛੀ ਹੈ। ਇਸ ਦੀ ਚੁੰਝ ਬਹੁਤ ਵੱਡੀ ਹੁੰਦੀ ਹੈ, ਪਰ ਅਸੀਂ ਇਸ ਖਿਡੌਣੇ ਨੂੰ ਸੰਤੁਲਿਤ ਕਰਾਂਗੇ। ਹੁਣ ਦੋ ਟੌਕੈਨ ਨੂੰ ਮੋਟੀ ਸ਼ੀਟ 'ਤੇ ਬਣਾਓ। ਹੁਣ ਪੈਨਸਿਲ ਦੇ ਰੰਗਾਂ ਨਾਲ, ਰੰਗ ਬਿਰੰਗੇ ਰੰਗਾਂ ਨਾਲ ਉਸ ਨੂੰ ਰੰਗ ਲਵੋ। ਹੁਣ ਇਸ ਦੀ ਆਊਟਲਾਈਨ ਨੂੰ ਕੈਂਚੀ ਨਾਲ ਕੱਟੋ। ਇਸ ਤਰ੍ਹਾਂ ਦੋ ਟੌਕੈਨ ਬੈਕ ਟੂ ਬੈਕ ਪੰਛੀ ਦਿਖਾਈ ਦੇਣਗੇ। ਇਹਨਾਂ ਦੀ ਉਲਟੀ ਸਾਈਡ ਚਿੱਟੀ ਹੋਵੇਗੀ। ਇਸ 'ਤੇ ਗੂੰਦ ਲਗਾਓ ਅਤੇ ਦੋਨੋਂ ਪੰਛੀਆਂ ਨੂੰ ਬੈਕ ਟੂ ਬੈਕ ਚਿਪਕਾ ਦੇਵੋ। ਇਸ ਨਾਲ ਕਾਰਡਸ਼ੀਟ ਦੋਹਰੀ ਡਬਲ ਹੋ ਜਾਏਗੀ ਅਤੇ ਦੋਨੋਂ ਪਾਸੇ ਟੌਕੈਨ ਦਿਖੇਗਾ। ਹੁਣ ਇਹ ਸੁੰਦਰ ਟੌਕੈਨ ਨੂੰ ਆਪਣੀ ਉਂਗਲ 'ਤੇ ਸੰਤੁਲਿਤ ਕਰਕੇ ਦੇਖੋ। ਇਸ ਦੀ ਭਾਰੀ ਚੁੰਝ ਕਾਰਨ ਇਹ ਡਿੱਗ ਜਾਵੇਗਾ। ਹੁਣ ਇਸ ਦੀ ਪੂੰਛ ਦੇ ਨੇੜੇ 4-5 ਪੇਪਰ ਕਲਿੱਪ ਲਗਾਓ। ਇਸ ਦੇ ਨਾਲ ਪੂੰਛ ਭਾਰੀ ਹੋ ਜਾਏਗੀ ਅਤੇ ਇਸ ਦਾ ਸੈਂਟਰ ਆਫ ਗ੍ਰੈਵਿਟੀ ਨੀਚੇ ਹੋ ਜਾਵੇਗਾ। ਹੁਣ ਤੁਸੀਂ ਇਸ ਨੂੰ ਆਪਣੀ ਉਂਗਲੀ 'ਤੇ ਟਿਕਾ ਸਕਦੇ ਹੋ। ਹੁਣ ਇਹ ਹਿੱਲੇਗੀ ਪਰ ਡਿੱਗੇਗੀ ਨਹੀਂ। ਤੁਸੀਂ ਇਸ ਨਾਲ ਪਾਣੀ ਦੀ ਬੋਤਲ ਅਤੇ ਪੈੱਨ ਦਾ ਸਟੈਂਡ ਵੀ ਬਣਾ ਸਕਦੇ ਹੋ। ਤੁਸੀਂ ਦੋ ਟੌਕੈਨ ਪੰਛੀਆਂ ਨੂੰ ਟਹਿਣੀ 'ਤੇ ਟਿਕਾ ਸਕਦੇ ਹੋ। ਇਹ ਵੇਖਣ ਵਿੱਚ ਬਹੁਤ ਸੋਹਣੇ ਲੱਗਦੇ ਹਨ।